ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਐਗਜ਼ਾਮ ਦੀ ਤਿਆਰੀ ਦੇ ਲਈ ਅਠਵਾਂ ਲੈਕਚਰ ਹੈ ਤੇ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਆਪਾਂ ਇਲੈਕਟ੍ਰਿਕ ਪਾਵਰ ਐਂਡ ਇਲੈਕਟ੍ਰੀਕਲ એનર્ਜੀ ਦੇ ਬਾਰੇ ਇਲੈਕਟ੍ਰਿਕ ਪਾਵਰ ਜਿਹਨੂੰ ਕਿ ਪਾਵਰ ਵੀ ਆਖਦੇ ਨੇ ਐਂਡ ਇਲੈਕਟ੍ਰੀਕਲ એનર્ਜੀ ਬਾਰੇ ਇਲੈਕਟ੍ਰੀਕਲ એનર્ਜੀ ਬਾਰੇ ਕਲੀਅਰ ਓਕੇ ਤੇ ਲੇਟੈਸਟ ਇਨਫੋਰਮੇਸ਼ਨ ਦੇ ਲਈ ਤੁਸੀਂ ਟੈਲੀਗ੍ਰam ਦਾ ਚੈਨਲ ਵੀ ਜੁਆਇਨ ਕਰ ਸਕਦੇ ਜੇ ਨਾਲ ਦੀ ਨਾਲ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਜੇ ਇਹਨਾਂ ਦੋਨਾਂ ਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੇ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇਲੈਕਟ੍ਰਿਕ ਪਾਰ ਪਾਰ ਦਾ ਤੁਸੀਂ ਅਕਸਰ ਸੁਣਿਆ ਹੋਣਾ ਪਾਰ ਬਾਰੇ ਜਦੋਂ ਵੀ ਆਪਾਂ ਕੋਈ ਮਾਰਕੀਟ ਦੇ ਵਿੱਚ ਜਾ ਕੇ ਕੋਈ ਇਲੈਕਟ੍ਰੋਨਿਕਸ ਐ ਇਲੈਕਟ੍ਰੀਕਲ ਚੀਜ਼ ਖਰੀਦਦੇ ਹਾਂ ਫੋਰ ਐਗਜ਼ਾਮਪਲ ਜੇ ਆਪਾਂ LED ਬਲਬ ਖਰੀਦਣਾ ਹੈ ਠੀਕ ਹੈ एलईडी बल्ब खरीदे हां या एलईडी लैंप ठीक है या फिर फैन खरीदे हां ओके या फिर गीजर खरीदे हां ਤੇ ਉਹਦੇ ਵਿੱਚ ਇੱਕ ਚੀਜ਼ ਕਾਮਨ ਹੁੰਦੀ ਹੈ ਸਾਰਿਆਂ ਦੇ ਵਿੱਚ ਖਰੀਦਣ ਵੇਲੇ ਕਿ ਕਿੰਨੀ ਵੋਟ ਦਾ ਚਾਹੀਦਾ ਹੈ ਜਿਦਾਂ ਹੁਣ ਮੰਨ ਲਓ एलईडी ਬਲਬ ਜਿਹੜੇ ਆ 2.5 ਵੋਟ ਤੋਂ ਸਟਾਰਟ ਹੋ ਜਾਂਦੇ ਨੇ 2.5 ਵੋਟ 5 ਵੋਟ 7 ਵੋਟ 9 ਵੋਟ 11 ਵੋਟ ਇਸ ਤਰੀਕੇ ਨਾਲ ਇਹ ਅੱਗੇ-ਅੱਗੇ ਆਹ ਸੌਰੀ 12 ਵੋਟ ਅੱਗੇ-ਅੱਗੇ ਚਲਦੇ 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 ਇਹ ਇਹਨਾਂ ਦੀ ਰੇਟਿੰਗ ਜਿਹੜੀ ਆ ਉਹ ਕਿਤੇ ਦੀ ਕਿਤੇ ਚੱਲ ਜਾਂਦੀ ਹੈ ਠੀਕ ਹੈ ਕਿਤੇ ਦੀ ਕਿਤੇ ਰੇਟਿੰਗ ਜਿਹੜੀ ਚੱਲ ਜਾਂਦੀ ਹੈ ਇਸੇ ਤਰੀਕੇ ਨਾਲ ਫੈਨ ਆ ਫੈਨ ਨੂੰ ਵੀ ਆਪਾਂ ਮਤਲਬ ਇਸੇ ਤਰੀਕੇ ਨਾਲ ਖਰੀਦਦੇ ਆ ਕਿ ਵੋਟੇਜ ਘੱਟ ਹੋਵੇ ਕਿਉਂਕਿ ਜੇ ਵੋਟੇਜ ਘੱਟ ਹੋਏਗੀ ਕਿ ਉਹਦੇ ਨਾਲ ਕੀ ਹੈ ਸਾਡਾ ਜਿਹੜਾ ਇਲੈਕਟ੍ਰਿਸਿਟੀ ਦਾ ਬਿੱਲ ਏ ਉਹ ਘਟ ਆਏਗਾ ਸਾਨੂੰ ਇਲੈਕਟ੍ਰਿਸਿਟੀ ਦਾ ਬਿੱਲ ਘੱਟ ਪੇ ਕਰਨਾ ਪਏਗਾ ਸਿਮਿਲਰਲੀ ਗੀਜ਼ਰ ਗੀਜ਼ਰ ਦੇ ਵਿੱਚ ਵੀ ਇਹੀ ਚੀਜ਼ ਖਰੀਦੇ ਦੇਖ ਕੇ ਆਪਾਂ ਖਰੀਦਦੇ ਆ ਕਿੰਨੇ ਵਾਟ ਦਾ ਏ ਠੀਕ ਹੈ 2000 ਵਾਟ ਦਾ ਗੀਜ਼ਰ ਏ ਜਾਂ ਫਿਰ 2.5 ਯਾਰ ਵਾਟ ਦਾ ਗੀਜ਼ਰ ਏ ਠੀਕ ਹੈ ਸਿਮਿਲਰਲੀ ਜੇ ਆਪਾਂ ਗੱਲ ਕਰੀਏ ਏਸੀ ਦੀ ਏਸੀ ਦੇ ਵਿੱਚ ਵੀ ਆਪਾਂ ਇਹੀ ਕਹਿੰਨੇ ਕਿ ਅ ਇਦਾਂ ਦਾ ਏਸੀ ਲਈ ਇੱਕ ਜਿਹਦੇ ਵਿੱਚ ਘੱਟ ਤੋਂ ਘੱਟ ਮਤਲਬ ਅ ਬਿੱਲ ਆਵੇ ਮਤਲਬ ਘੱਟ ਵਾਟ ਦਾ ਹੋਵੇ ਬਟ ਕੂਲਿੰਗ ਉਹਦੀ ਵਧੀਆ ਹੋਵੇ ਕਲੀਅਰ ਇਹ ਹੁਣ ਵਾਟ ਹੈ ਕੀ ਕਵੈਸਚਨ ਏ ਆ ਕਿ ਵਾਟ ਹੈ ਕੀ ਕਲੀਅਰ ਆਪਾਂ ਉਸ ਵਾਟ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਵਾਟ ਇਜ਼ ਦੀ ਯੂਨਿਟ ਆਫ ਇਲੈਕਟ੍ਰਿਕ ਪਾਵਰ ਵਾਟ ਕੀ ਆ ਇਲੈਕਟ੍ਰਿਕ ਪਾਵਰ ਦਾ ਯੂਨਿਟ ਹੈ ਤੇ ਹੁਣ ਅਸੀਂ ਇਹ ਦੇਖਾਂਗੇ ਕਿ ਇਲੈਕਟ੍ਰਿਕ ਪਾਵਰ ਕੀ ਹੈ ਇਲੈਕਟ੍ਰਿਕ ਪਾਵਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬਹੁਤ ਹੀ ਆਸਾਨ ਟੌਪਿਕ ਹੈ ਸਟਾਰਟ ਕਰਦੇ ਆ ਪਾਵਰ ਹੁੰਦੀ ਕੀ ਹੈ द पार ऑफ एन इलैक्ट्रिक अपलायंस क्योंकि इलैक्ट्रिक अपलायंस दी पार ठीक है अपलायंस का मतलब इटमे बी एल ई डी बल्ब हो सक इट में एल ई डी बल्ब इट में बी फैन इट मे बी गीज़र ए सी कुछ भी हो सकता है एनीथिंग ठीक है दार ऑफ एन अलैक्ट्रिक अपलायंस इलैक्ट्रिक अपलायंस appliance is the rate is the rate at which at which electrical energy is converted into electrical energy is converted into energy is converted into converted into other form of energy other forms of energy other forms of energy forms of energy ਬਹੁਤ ਹੀ ਆਸਾਨ ਲਾਈਨ ਹੈ ਹੁਣ ਇਹਨੂੰ ਆਪਾਂ ਸਮਝਦੇ ਹਾਂ ਕੀ ਹੈ ਸਿੰਪਲ ਪਾਰ ਕੀ ਹੈ ਪਾਰ ਕਿਸੇ ਵੀ ਇਲੈਕਟ੍ਰਿਕ ਅਪਲਾਈਂਸ ਦੀ ਕੀ ਹੁੰਦੀ ਹੈ ਇਹ ਰੇਟ ਹੁੰਦੀ ਹੈ ਠੀਕ ਹੈ ਇਹ ਰੇਟ ਹੈ ਜਿਹਦੇ ਕਰਕੇ ਠੀਕ ਹੈ ਨਾ ਐਟ ਵਿੱਚ ਠੀਕ ਹੈ ਜਿਹੜੀ ਇਲੈਕਟ੍ਰੀਕਲ એનર્ਜੀ ਨੂੰ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਕਨਵਰਟ ਕਰਦੀ ਹੈ ਫੋਰ ਐਗਜ਼ਾਮਪਲ ਮੰਨ ਲਓ ਸਾਡੇ ਕੋਲ 60 ਵਾਟ ਦਾ ਲੈਂਪ ਹੈ ਬਲਬ ਹੈ 60 ਵਾਟ ਦਾ ਮਤਲਬ ਕੀ ਹੋਇਆ ਕਿ 60 ਜੌਲ એનર્ਜੀ ਇੱਕ ਸੈਕਿੰਡ ਦੇ ਵਿੱਚ ਕਨਵਰਟ ਹੋ ਰਹੀ ਹੈ ਕਿੱਥੋਂ ਫ੍ਰੋਮ ਇਲੈਕਟ੍ਰੀਕਲ એનર્ਜੀ ਇਲੈਕਟ੍ਰੀਕਲ એનર્ਜੀ ਜਿਹੜੀ ਆ ਉਹ 60 ਜੌਲ એનર્ਜੀ ਦੇ ਵਿੱਚ ਕਨਵਰਟ ਹੋ ਰਹੀ ਹੈ ਇੱਕ ਸੈਕਿੰਡ ਦੇ ਵਿੱਚ ਠੀਕ ਹੈ ਮਨ ਲਓ ਹੀਟਰ ਹੈ ਸਾਡੇ ਕੋਲ ਹੀਟਰ ਦੀ ਰੇਟਿੰਗ ਹੈ ਕੀ ਆ 1000 ਵਾਟ ਜੌਲ ਜਿਹੜਾ ਵਾ ਉਹ એનર્ਜੀ ਦਾ ਯੂਨਿਟ ਹੈ ਇਹਨੂੰ ਧਿਆਨ ਚ ਰੱਖਣਾ 1000 ਵਾਟ 1000 ਵਾਟ ਜੇਕਰ ਆਪਾਂ ਹੀਟਰ ਨੂੰ ਇਲੈਕਟ੍ਰੀਕਲ એનર્ਜੀ ਦਿੰਨੇ ਆ ਤੇ ਉਹ 1 ਸੈਕਿੰਡ ਦੇ ਵਿੱਚ 1 ਜੌਲ એનર્ਜੀ ਦੇ ਵਿੱਚ ਕਨਵਰਟ ਹੋਏਗਾ 1 ਸੈਕਿੰਡ ਦੇ ਵਿੱਚ 1000 ਜੌਲ એનર્ਜੀ ਦੇ ਵਿੱਚ ਕਨਵਰਟ ਹੋਏਗੀ ਇਲੈਕਟ੍ਰੀਕਲ એનર્ਜੀ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਹੀਟਰ ਦੀ ਰੇਟਿੰਗ ਨੂੰ ਵਧਾ ਦਈਏ 2000 ਵੋਟ ਕਰ ਦਈਏ ਤੇ ਉਹ ਕੀ ਹੋਏਗਾ 2000 ਜੌਲ એનર્ਜੀ ਜਿਹੜੀ ਆ ਇਲੈਕਟ੍ਰੀਕਲ એનર્ਜੀ ਤੋਂ ਕਨਵਰਟ ਹੋਏਗੀ ਹੀਟ એનર્ਜੀ ਦੇ ਵਿੱਚ ਠੀਕ ਹੈ ਹੀਟਰ ਕੀ ਕਰਦਾ ਹੀਟ ਤੇ ਲਾਈਟ એનર્ਜੀ ਕਨਵਰਟ ਮਤਲਬ ਸਾਨੂੰ ਦਿੰਦਾ ਹੀਟ ਤੇ ਲਾਈਟ ਲਾਈਟ ਥੋੜੀ ਹੁੰਦੀ ਹੈ ਬਟ ਹੀਟ એનર્ਜੀ ਜ਼ਿਆਦਾ ਹੁੰਦੀ ਹੈ ਲੈਂਪ ਦੇ ਵਿੱਚ ਲਾਈਟ ਜ਼ਿਆਦਾ ਹੋਏਗੀ ਤੇ ਨਾਲ ਦੀ ਨਾਲ ਉਹ ਹੀਟ ਵੀ ਹੋਏਗਾ ਲੈਂਪ ਦੇ ਵਿੱਚ ਠੀਕ ਹੈ ਲਾਈਟ ਤੇ ਹੀਟ ਦੋਨੋਂ એનર્ਜੀਜ਼ ਹੋਣਗੀਆਂ ਮਤਲਬ ਸਿੰਪਲੀ ਕੀ ਆ ਇਲੈਕਟ੍ਰਿਕ ਪਾਵਰ ਦਾ ਮਤਲਬ ਇਹੀ ਹੁੰਦਾ ਏ ਕਿ ਇੱਕ ਫਾਰਮ ਦੇ ਜਿਹੜੀ ਇਲੈਕਟ੍ਰੀਕਲ એનર્ਜੀ ਆ ਉਹ ਦੂਜੀ ਫਾਰਮ ਦੇ ਵਿੱਚ ਕਿੰਨੀ ਤੇਜ਼ੀ ਦੇ ਨਾਲ ਕਨਵਰਟ ਹੋ ਰਹੀ ਹੈ ਠੀਕ ਹੈ ਕਿੰਨੀ ਤੇਜ਼ੀ ਦੇ ਨਾਲ ਕਨਵਰਟ ਹੋ ਰਹੀ ਹੈ ਜੇਕਰ ਆਪਾਂ ਪਾਰ ਨੂੰ ਵਧਾਈ ਜਾਵਾਂਗੇ ਉਨੀ ਤੇਜ਼ੀ ਦੇ ਨਾਲ ਜਿਹੜੀ ਐ એનર્ਜੀ ਜਿਹੜੀ ਇਲੈਕਟ੍ਰੀਕਲ એનર્ਜੀ ਆ ਦੂਜੀ ਫਾਰਮ ਦੀ એનર્ਜੀ 'ਚ ਕਨਵਰਟ ਹੋਏਗੀ ਉਹ ਡਿਪੈਂਡ ਕਰੇਗਾ ਕਿ ਆਪਾਂ ਆਉਟਪੁੱਟ ਲੈਣੀ ਕੀ ਹੈ ਠੀਕ ਹੈ ਇਹ ਡਿਪੈਂਡ ਕਰੇਗਾ ਆਉਟਪੁੱਟ ਲੈਣੀ ਕੀ ਹੈ ਜੇ ਗੀਜ਼ਰ ਦੀ ਗੱਲ ਕਰੀਏ ਉਹ ਸਾਨੂੰ ਹੀਟ ਦਿੰਦਾ ਹੈ ਤੇ ਜੇਕਰ ਆਪਾਂ ਉਹਦੇ ਵਿੱਚ ਆ ਪਾਰ ਦੀ ਰੇਟਿੰਗ ਨੂੰ ਇਨਕਰੀਜ਼ ਕਰੀ ਜਾਵਾਂਗੇ ਤੇ ਉਹਦੇ ਨਾਲ ਕੀ ਹੋਏਗਾ ਜੇਕਰ ਆਪਾਂ ਉਸ ਅਪਲਾਈਂਸ ਦੀ ਰੇਟਿੰਗ ਨੂੰ ਇਨਕਰੀਜ਼ ਕਰ ਦਈਏ ਤੇ ਉਹਦੇ ਨਾਲ ਕੀ ਹੈ ਉਹ ਜ਼ਿਆਦਾ એનર્ਜੀ ਕਨਵਰਟ ਕਰੇਗਾ ਹੀਟ એનર્ਜੀ ਦੇ ਵਿੱਚ ਠੀਕ ਹੈ ਕਲੀਅਰ ਹੁਣ ਇਲੈਕਟ੍ਰਿਕ ਪਾਰ ਦੇ ਫਾਰਮੂਲੇ ਕੀ ਹੁੰਦੇ ਨੇ ਉਹ ਦੇਖ ਲਈਏ ਫਾਰਮੂਲੇ ਠੀਕ ਹੈ ਫਾਰਮੂਲੇ ਕੀਆ ਪਾਵਰ ਇਕੁਅਲ ਟੂ ਠੀਕ ਹੈ ਇਹਨੂੰ ਪੀ ਦੇ ਨਾਲ ਡਿਨੋਟ ਕਰਦੇ ਆ ਵੀ ਇੰਟੂ ਆਈ ਵੋਲਟੇਜ ਤੇ ਕਰੰਟ ਦੇ ਪ੍ਰੋਡਕਟ ਨੂੰ ਆਪਾਂ ਪਾਵਰ ਕਹਿੰਦੇ ਆ ਠੀਕ ਹੈ ਹੁਣ ਅਕੋਰਡਿੰਗ ਟੂ ਓਮਸ ਲਾ ਅਕੋਰਡਿੰਗ ਟੂ ਓਮਸ ਲਾ ਓਮਸ ਲਾ ਕੀ ਕਹਿੰਦਾ ਹੈ ਓਮਸ ਲਾ ਕਹਿੰਦਾ ਹੈ ਵੀ ਇਕੁਅਲ ਟੂ ਆਈ ਇੰਟੂ ਆਰ ਕੀ ਮੈਂ ਇਸ V ਦੀ ਜਗ੍ਹਾ ਤੇ IR ਪੁੱਟ ਕਰ ਸਕਦਾ ਵਾਂ ਬਿਲਕੁਲ P V ਦੀ ਜਗ੍ਹਾ ਤੇ ਕੀ ਪੁੱਟ ਕਰਤਾ I into R into I ਪਹਿਲਾਂ ਹੈਗਾ ਇਹ ਸਾਡੇ ਕੋਲ ਠੀਕ ਹੈ ਤੇ ਇਹ ਸਾਡੇ ਕੋਲ ਕੀ ਆ ਜਾਏਗਾ P I²R ਜੇਕਰ ਸਾਡੇ ਕੋਲ ਕਰੰਟ ਦਿੱਤਾ ਏ ਤੇ ਨਾਲ ਰੈਜ਼ਿਸਟੈਂਸ ਦਿੱਤੀ ਏ ਤੇ ਆਪਾਂ ਪਾਵਰ ਨੂੰ ਫਾਈਂਡ ਕਰ ਸਕਦੇ ਹਾਂ ਇਹ ਕੀ ਹੈ ਜੋ ਸਾਡੀ ਅ એનર્ਜੀ ਜਿਹੜੀ ਅਜ ਕਹਿ ਲੋ ਕਿ ਲਾਸ ਹੋ ਰਹੀ ਨੇ ठीक है फर्स्ट क्वे फस्ट फॉर्मूला ठीक है सेकंड फॉर्मूला ठीक है थर्ड फॉर्मूला आई इज इक्वल टू वी बाय आर की मैं आई जगह आई वाला आई है, जगह ये मैं पुट कर सकता वहाँ वी बाय आर वी वी यही ए मल्टीप्लाई बाय वी डिवाइडेड बाय आर एक ही मेरे को आ गया वी स्केर बाय आर ये की है थर्ड फॉर्मूला ਇਹ ਕੀ ਇਹ ਥਰਡ ਫਾਰਮੂਲਾ ਕਲੀਅਰ ਇਹ ਤਿੰਨ ਫਾਰਮੂਲਾਸ ਨੇ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਗੱਲ ਕਰਦੇ ਆ ਯੂਨਿਟ ਦੀ ਯੂਨਿਟ ਠੀਕ ਹੈ ਯੂਨਿਟ ਪਾਰ ਦਾ ਹੁੰਦਾ ਏ ਯੂਨਿਟ ਕਿਹੜਾ ਹੁੰਦਾ ਏ ਵਾਟ ਠੀਕ ਹੈ ਵਾਟ ਤੇ ਜਦੋਂ ਆਪਾਂ ਘਰਾਂ ਦੇ ਵਿੱਚ ਮਤਲਬ ਇਲੈਕਟ੍ਰੀਕਲ એનર્ਜੀ ਇਲੈਕਟ੍ਰਿਕ ਪਾਵਰ ਦੀ ਗੱਲ ਕਰੀਏ ਤੇ ਇਹਦੇ ਜਿਹੜੇ ਅਪਲਾਈਐਂਸਸ ਜੇ ਮਤਲਬ ਉਹਦੀ 1000 ਵਾਟ ਤੋਂ ਰੇਟਿੰਗ ਵੱਜੇ ਤੇ ਉਹਨੂੰ ਆਪਾਂ ਕਿਲੋਵੋਟ ਦੇ ਵਿੱਚ ਲੈਣੇ ਆ ਇਸ ਕਰਕੇ ਕਿਲੋਵੋਟ ਵੀ ਆਪਾਂ ਲਿਖ ਸਕਦੇ ਆ ਕਿਲੋਵੋਟ ਠੀਕ ਹੈ 1 ਕਿਲੋਵੋਟ ਉਹਨੂੰ ਆਪਾਂ ਕੇ ਡਬਲ ਕਹਿੰਦੇ ਆ ਓਕੇ ਕਿਲੋਵੋਟ ਕੇ ਡਬਲ ਕੇ ਡਬਲ ਇਹ ਕਿਦੇ ਇਕੁਲ ਹੋਏਗਾ ਇਹ ਹੋਏਗਾ ਕੇ ਦਾ ਮਤਲਬ ਹੁੰਦਾ ਹੈ 1000 ਵੋਟ ਠੀਕ ਹੈ ਜਾਂ ਫਿਰ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਆ ਜਿੰਨੀਆਂ ਜੀਰੂਆਂ ਨੇ ਉਹਨੂੰ ਪਾਵਰ ਚ ਲਿਖ ਦੋ ਆ ਲੋ ਠੀਕ ਹੈ ਕਲੀਅਰ ਹੁਣ ਨੈਕਸਟ ਆਪਾਂ ਹੁਣ ਜਦੋਂ ਜਨਰੇਟਰ ਇਲੈਕਟ੍ਰੀਕਲ એનર્ਜੀ ਜਿਹੜੀ ਜਨਰੇਟ ਹੋ ਰਹੀ ਏ ਉਹ ਮੈਗਾਵਾਟ ਦੇ ਵਿੱਚ ਹੁੰਦੀ ਹੈ ਕਿਉਂਕਿ ਉਹਨੇ ਫਿਰ ਬਹੁਤ ਵੱਡੇ ਏਰੀਆ ਨੂੰ ਫੀਡ ਕਰਨਾ ਹੁੰਦਾ ਇਸ ਕਰਕੇ ਉਹ ਮੈਗਾਵਾਟ ਦੇ ਵਿੱਚ ਹੁੰਦੀ ਹੈ ਉਥੇ ਆਪਾਂ ਫਿਰ ਕੀ ਕਰ ਸਕਦੇ ਆ ਉਥੇ ਲਿਖ ਸਕਦੇ ਆ MW ਮੈਗਾਵਾਟ ਦਾ ਮੈਗਾ ਦਾ ਮਤਲਬ ਹੁੰਦਾ 10 ਲੱਖ ਕੀ ਹੁੰਦਾ ਏ 10 ਲੱਖ 10 ਲੱਖ ਵਾਟ ਇਹਨੂੰ ਆਪਾਂ ਲਿਖ ਸਕਦੇ ਹਾਂ 10 ਰੇਜ਼ ਦੀ ਪਾਵਰ 6 ਵਾਟ ਕਲੀਅਰ ਇਸ ਲਈ ਕਿ ਇਹ ਕੀ ਨੇ ਇਹ ਯੂਨਿਟ ਨੇ ਇਲੈਕਟ੍ਰਿਕ ਪਾਵਰ ਤੇ ਇਹ ਯੂਨਿਟ ਨੇ ਇਲੈਕਟ੍ਰਿਕ ਪਾਵਰ ਤੇ ਠੀਕ ਹੈ ਜੇ ਕੁਐਸਚਨ ਆ ਜੇ ਕਿ ਐਸ ਆਈ ਯੂਨਿਟ ਕਿਹੜਾ ਹੈ ਤੇ ਉਹ ਹੁੰਦਾ ਹੈ ਵਾਟ ਠੀਕ ਹੈ ਨੈਕਸਟ ਗੱਲ ਕਰਦੇ ਆਪਾਂ ਇਲੈਕਟ੍ਰੀਕਲ એનર્ਜੀ ਦੀ ਇਲੈਕਟ੍ਰੀਕਲ એનર્ਜੀ ਦੀ ਠੀਕ ਹੈ ਇਲੈਕਟ੍ਰੀਕਲ એનર્ਜੀ ਕੀ ਹੁੰਦੀ ਹੈ ਜੇ ਸਿੰਪਲੀ ਆਪਾਂ ਗੱਲ ਕਰੀਏ ਜੇ ਆਪਾਂ ਮਲਟੀਪਲਾਈ ਕਰਾ ਲਈਏ ਪਾਰ ਦੇ ਨਾਲ ਟਾਈਮ ਨੂੰ ਤੇ ਉਹ એનર્ਜੀ ਹੋ ਜਾਂਦੀ ਹੈ ਠੀਕ ਹੈ ਸਿੰਪਲ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰਦੇ ਹਾਂ ਸਿਰਫ ਮਲਟੀਪਲਾਈ ਕਰਾਉਣਾ ਹੈ ਆਪਾਂ ਟਾਈਮ ਦੇ ਨਾਲ ਕਿੰ ਨੂੰ ਇਲੈਕਟ੍ਰਿਕ ਪਾਰ ओके तो इनू लिखा टोटल अमाउंट ऑफ वर्क डन वर्कडन टोटल अमाउंट ऑफ वर्क डन इन एन इलेक्ट्रिकल सर्किट इन एन इलेक्ट्रिकल सर्किट ਇਸ ਕਾਲਡ ਇਲੈਕਟ੍ਰੀਕਲ એનર્ਜੀ ਇਸ ਕਾਲਡ ਇਲੈਕਟ੍ਰੀਕਲ એનર્ਜੀ ਇਲੈਕਟ੍ਰੀਕਲ એનર્ਜੀ ਠੀਕ ਹੈ ਜਿੰਨਾ ਉਸ ਸਰਕਟ ਦੇ ਵਿੱਚ ਕੰਮ ਹੋ ਰਿਹਾ ਹੈ ਉਹਨੂੰ ਆਪਾਂ ਕਹਿੰਦੇ ਆ ਇਲੈਕਟ੍ਰੀਕਲ એનર્ਜੀ ਐਕਚੁਅਲੀ ਜਦੋਂ ਕਰੰਟ ਫਲੋ ਕਰਦਾ ਹੈ ਕਿਸੇ ਵੀ ਸਰਕਟ ਦੇ ਵਿੱਚ ਤੇ ਉਹਦੀ ਜਿਹੜੀ એનર્ਜੀ ਆ ਉਹ ਨਾਲ ਦੇ ਨਾਲ ਲਾਸ ਹੋਈ ਜਾਂਦੀ ਹੈ ਤੇ ਸਰਕਟ ਦੇ ਵਿੱਚ ਕਰੰਟ ਦੇ ਫਲੋ ਨੂੰ ਮੇਨਟੇਨ ਕਰਨ ਵਾਸਤੇ ਜਿਹੜੀ એનર્ਜੀ ਦੀ ਜ਼ਰੂਰਤ ਹੁੰਦੀ ਏ ਉਹਨੂੰ ਆਪਾਂ ਕਹਿੰਦੇ ਆ ਇਲੈਕਟ੍ਰੀਕਲ એનર્ਜੀ ਠੀਕ ਹੈ એનર્ਜੀ ਦਾ ਮਤਲਬ ਕੀ ਆ ਕਿ ਇਹ ਕਰੰਟ ਨੂੰ ਲਗਾਤਾਰ ਫਲੋ ਕਰਾਉਂਦੀ ਰਹਿੰਦੀ ਏ ਸਰਕਟ ਦੇ ਵਿੱਚੋਂ ਓਕੇ ਕਿ ਇਹ ਜਿਹੜੇ ਇਲੈਕਟ੍ਰੋਨਸ ਨੇ ਉਹਨੂੰ ਮੂਵ ਕਰਾਉਂਦੀ ਆ ਸਰਕਟ ਦੇ ਵਿੱਚ ਇਲੈਕਟ੍ਰੀਕਲ ਸਰਕਟ ਦੇ ਵਿੱਚ ਠੀਕ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕੀ ਹੁੰਦਾ ਏ ਵਰਕ ਡਨ ਡਿਵਾਈਡਿਡ ਬਾਈ electrical energy work done divided by charge work done divided by charge okay te simply apa inu matlab je is tarike na vi likh sakde ha ਕੀ ਹੁਣ ਜੇ ਆਪਾਂ ਯੂਨਿਟ ਦੀ ਇਹਦੀ ਗੱਲ ਕੀਤੀ ਜਾਵੇ ਹੁਣ ਇਹ ਕੀ ਹੈ ਇਹ ਜਾਊਲ ਹੈ ਠੀਕ ਹੈ ਵਰਕ ਡਨ ਜਿਹੜਾ ਹੋ ਰਿਹਾ ਹੈ એનર્ਜੀ ਆ ਇਹ ਕੀ ਹੈ ਜਾਊਲ ਹੈ ਸਿੰਪਲ ਓਕੇ ਤੇ ਇੱਕ ਇੱਕ ਸੈਕਿੰਡ ਇੱਥੇ ਤੁਸੀਂ ਇੱਥੇ ਆਣੀ ਵੋਲਟੇਜ ਸੌਰੀ ਵੋਲਟੇਜ ਵਰਕ ਡਨ ਅਪ ਔਨ ਚਾਰਜ ਜਿਹੜਾ ਇਲੈਕਟ੍ਰਿਕ ਪੋਟੈਂਸ਼ੀਅਲ ਹੁੰਦਾ ਨਾ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਇਲੈਕਟ੍ਰਿਕ ਪੋਟੈਂਸ਼ੀਅਲ ਹੁੰਦਾ ਹੈ ਇੱਥੇ ਥੋੜੀ ਜੀ ਨਾ ਇੱਥੇ ਨੋਟ ਕਰ ਲਿਓ ਐਕਚੁਅਲੀ ਕੀ ਹੁੰਦਾ ਏ ਇਲੈਕਟ੍ਰਿਕ ਜਿਹੜਾ ਪੋਟੈਂਸ਼ੀਅਲ ਹੁੰਦਾ ਏ ਇਲੈਕਟ੍ਰੀਕਲ ਪੋਟੈਂਸ਼ੀਅਲ ਇਲੈਕਟ੍ਰੀਕਲ ਪੋਟੈਂਸ਼ੀਅਲ ਠੀਕ ਹੈ ਉਹ ਹੁੰਦਾ ਏ ਵੀ ਠੀਕ ਹੈ ਵੀ ਇਕੁਅਲ ਟੂ ਵਰਕ ਡਨ ਅਪਨ ਚਾਰਜ ਹੁੰਦਾ ਏ ਠੀਕ ਹੈ ਵਰਕ ਡਨ ਅਪਨ ਚਾਰਜ ਹੁਣ ਇੱਥੇ ਚਾਰਜ ਜਿਹੜਾ ਸਿੰਪਲ ਕੀ ਕੀਤਾ ਆਪਾਂ ਹੁਣ ਜਿਹੜਾ ਇਹ ਵਰਕ ਡਨ ਨੇ ਇਹ ਕੀ ਆ ਇਹ એનર્ਜੀ ਏ ਕੀ ਆ એનર્ਜੀ ਏ ਠੀਕ ਹੈ ਇਹ ਕੀ ਆ એનર્ਜੀ ਇਹ ਵੀ ਆ ਓਕੇ ਹੁਣ ਕਿਊ ਜਿਹੜਾ ਵਾ ਉਹ ਮਲਟੀਪਲਾਈ ਹੋ ਜਾਏਗਾ ਵੀ ਦੇ ਨਾਲ ਵਰਕ ਡਨ ਕਿਹਦੇ ਕੋਲ ਆ ਗਿਆ ਮਤਲਬ એનર્ਜੀ ਕਿਹਦੇ ਵਿੱਚ ਆ ਗਈ ਵੀ ਇੰਟੂ ਕਿਊ ਦੇ ਹੁਣ ਵੀ ਕੀ ਵੋਲਟੇਜ ਕਿਊ ਕੀ ਆ ਚਾਰਜ ਕਿਊ ਕੀ ਆ ਚਾਰਜ ਹੋ ਜੀ ਆਪਾਂ ਕਰੰਟ ਦੀ ਡੈਫੀਨੇਸ਼ਨ ਲਈਏ ਜਿੱਦਾਂ ਕਿ ਤੁਹਾਨੂੰ ਮੈਂ ਕਹਿਨਾ ਵਾਂ ਕਿ ਜਿਹੜੇ ਪ੍ਰੀਵੀਅਸ ਲੈਕਚਰ ਹੋ ਜਰੂਰ ਸੁਣਿਆ ਕਰੋ ਜੇਕਰ ਆਪਾਂ ਇੱਥੇ ਕਰੰਟ ਨੂੰ ਲਈਏ ਕਰੰਟ ਕੀ ਹੁੰਦਾ ਹੈ ਚਾਰਜ ਪਰ ਟਾਈਮ ਠੀਕ ਹੈ ਤੇ Q ਕੀ ਦੇ ਇਕਵਲ ਆ ਗਿਆ I T ਦੇ I T ਦੇ ਇੱਥੇ ਕੀ ਆ ਜਾਏਗਾ V I ਤੇ T ਇਹ ਸਾਡਾ ਕੀ ਆ ਇਹ ਹੈਗੀ એનર્ਜੀ ਠੀਕ ਹੈ ਇਹ ਕੀ ਹੈ ਇਲੈਕਟ੍ਰੀਕਲ એનર્ਜੀ ਓਕੇ ਤੇ ਇਸੇ ਤਰੀਕੇ ਦੇ ਨਾਲ ਉਹਦੇ ਇਹਦੇ ਫਾਰਮੂਲੇਜ਼ ਹੋਣਗੇ ਇਹਦੇ ਫਾਰਮੂਲੇਜ਼ ਹੋਣਗੇ ਇੱਕ ਫਾਰਮੂਲਾ a ਵਾਲਾ ਬਣ ਗਿਆ ਦੂਸਰਾ i²rt ਦੂਸਰਾ ਫਾਰਮੂਲਾ a ਵਾਲਾ ਬਣ ਜਾਏਗਾ ਤੀਸਰਾ ਫਾਰਮੂਲਾ ਕਿਹੜਾ ਬਣੇਗਾ v² rt ਇਹ ਕੀ ਹੈ ਇਹ ਤੀਸਰਾ ਫਾਰਮੂਲਾ ਇਹ ਜਿਹੜੇ ਨੇਮੀ ਫਾਰਮੂਲੇਜ਼ ਹੈਗੇ ਨੇ ਇਹਨਾਂ ਸਾਰਿਆਂ ਨੂੰ ਤੁਸੀਂ ਨੋਟ ਕਰੀ ਜਾਓ ਇੱਕ ਜਗ੍ਹਾ ਤੇ ਜਦੋਂ ਆਪਾਂ ਨਿਊਮੈਰੀਕਲਸ ਕਰਨੇ ਆ ਜਾਂ ਜਦੋਂ ਆਪਾਂ ਸਰਕਟ ਨੂੰ ਸੋਲਵ ਕਰਨਾ ਹੈ ਉਸ ਟਾਈਮ ਇਹਦੀ ਬਹੁਤ ਜ਼ਰੂਰਤ ਪੈਣੀ ਹੈ ਬਾਰ-ਬਾਰ ਚੀਜ਼ਾਂ ਆਪਾਂ ਰਿਵਿਊ ਨਹੀਂ ਕਰ ਸਕਦੇ ਸੋ ਇਹਨਾਂ ਨੂੰ ਨਾਲ ਦੀ ਨਾਲ ਹੀ ਰਿਵਿਊ ਕਰੋ ਓਕੇ ਹੁਣ ਜੇ ਆਪਾਂ ਇੱਥੇ ਗੱਲ ਕੀਤੀ ਜਾਵੇ V I T V ਕੀ ਆ ਪਾਰ ਤੇ ਇਹਨੂੰ ਆਪਾਂ ਕਿੰਨਾ ਮਲਟੀਪਲਾਈ ਕਰਾਇਆ ਹੈ ਟਾਈਮ ਦੇ ਨਾਲ ਠੀਕ ਹੈ ਇਹ ਕੀ ਬਣ ਗਈ ਸਾਡੀ ਇਲੈਕਟ੍ਰੀਕਲ એનર્ਜੀ ठीक है हम इतना कमरशियल यूनिट की है कमरशियल यूनिट कमरशियल यूनिट ऑफ इलेक्ट्रिकल एनर्जी इलेक्ट्रिकल एनर्जी कमरशियल यूनिट की है कमरशियल यूनिट यह है वा के डबल्यू एच आप आपू कह सकते हैं किलो वॉट आर ठीक है किलो वॉट ਆਰ ਠੀਕ ਹੈ ਤੇ ਜੇ ਆਪਾਂ ਮੰਨ ਲਓ ਸਪੋਜ਼ ਕਰੋ ਕਿ ਆਪਾਂ ਕੋਈ ਸਿੰਪਲ ਜਨ ਮੈਰੀਕਲ ਸੋਲਵ ਕਰਨਾ ਹੋਵੇ ਕਿਉਂਕਿ ਇਹ ਕੀ ਇਹ ਯੂਨਿਟ ਦੱਸਦਾ ਸਾਨੂੰ ਹੁਣ ਮੰਨ ਲਓ ਇੱਕ ਘਰ ਦੇ ਵਿੱਚ 1000 ਵੋਟ ਦਾ ਇੱਕ ਹੀਟਰ ਠੀਕ ਹੈ ਹੀਟਰ ਦੀ ਰੇਟਿੰਗ ਕੀ ਆ 1000 ਵੋਟ ਠੀਕ ਹੈ ਇੱਕ ਹੀਟਰ ਟਾਈਮ 15 ਘੰਟੇ ਚੱਲਦਾ ਏ ਹਰ ਰੋਜ਼ ਠੀਕ ਹੈ ਤੇ ਡੇਜ਼ ਠੀਕ ਹੈ ਡੇਜ਼ ਅੱਗੇ ਲਿਖਤੇ 30 ਡੇਜ਼ ਦੇ ਵਿੱਚ ਕਿੰਨੀ ਇਲੈਕਟ੍ਰੀਕਲ એનર્ਜੀ ਕੰਜ਼ੂਮ ਕਰੇਗਾ ਜੇਕਰ ਯੂਨਿਟ ਦਾ ਰੇਟ 5 ਰੁਪਏ ਹੋਵੇ ਤੇ ਕਿੰਨਾ ਪਰ ਯੂਨਿਟ 5 ਰੁਪਏ ਪਰ ਯੂਨਿਟ ਹੋਵੇ ਤੇ ਕਿੰਨਾ ਮਤਲਬ ਇਹਦਾ ਸਾਨੂੰ ਬਿੱਲ ਆਵੇਗਾ ਸਭ ਤੋਂ ਪਹਿਲਾਂ KWH KWH ਸਿੰਪਲ ਇਹਨੂੰ ਲਿਖ ਦੇਣਾ ਹੁਣ 1000 ਵੋਟ ਹੈ ਜੇ ਆਪਾਂ ਕਿਲੋਵੋਟਸ ਲਿਖਾਂਗੇ ਇੱਥੇ 1 ਲਿਖ ਦਾਂਗੇ ਜੇ ਆਪਾਂ ਇਹਨੂੰ ਵੋਟ ਦੇ ਵਿੱਚ ਲਿਖਣਾ ਹੈ ਤੇ ਫਿਰ ਆਪਾਂ ਨੂੰ 1000 ਦੇ ਨਾਲ ਡਿਵਾਈਡ ਕਰਨਾ ਪਏਗਾ ਠੀਕ ਹੈ ਡਿਵਾਈਡਡ ਬਾਈ 1000 ਹਰ ਰੋਜ਼ ਕਿੰਨੇ ਘੰਟੇ ਚੱਲਦਾ ਏ 15 ਘੰਟੇ ਹੁਣ ਓਕੇ ਹਰ ਰੋਜ਼ 15 ਘੰਟੇ ਚੱਲਦਾ ਏ ਠੀਕ ਹੈ ਆਪਾਂ ਹੁਣ 30 ਦਿਨ ਨਾਲ ਇਹਨੂੰ 30 ਦਿਨਾਂ ਨੂੰ ਵੀ ਆਪਾਂ ਮਲਟੀਪਲਾਈ ਕਰਾ ਦਾਂਗੇ ਠੀਕ ਹੈ ਇਹ ਆ ਗਿਆ ਸਾਡੇ ਕੋਲ ਕੀ ਆ ਗਿਆ ਕੀ ਆ ਗਿਆ 15 ਇੰਟੂ ਠੀਕ ਹੈ 45 450 ਯੂਨਿਟ ਕਿੰਨੇ ਹੋਗੇ 450 ਯੂਨਿਟ ਜਿਹੜੇ ਆ ਉਹ ਇੱਕ ਮਹੀਨੇ ਦੇ ਕੰਜ਼ਿਊਮ ਹੋਣਗੇ ਠੀਕ ਹੈ ਇਹ ਕੀ ਹੈ ਕੇਡਬਲਯੂਐਚ ਵਾ ਇਹ ਸਾਡਾ ਠੀਕ ਹੈ ਇਹ ਯੂਨਿਟਸ ਨੇ ਓਕੇ ਹੁਣ ਬਿੱਲ ਕਿੰਨਾ ਆਏਗਾ ਠੀਕ ਹੈ ਮਲਟੀਪਲਾਈ ਬਾਈ 5 ਇਹ ਕਿੰਨਾ ਆ ਜਾਏਗਾ 2250 ਰੁਪਏ 2250 ਰੁਪਏ ਰੁਪੀਏ 2250 ਇਹ ਸਾਡਾ ਕੀ ਆ ਇੰਨਾ ਬਿੱਲ ਆ ਜਾਏਗਾ ਠੀਕ ਹੈ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ 1000 ਨਾਲ ਵੀ ਲਾਉਂਦੇ ਸਾਡੇ ਕੋਲ ਤੇ ਕਿਲੋਵੋਲਟ ਦਿੱਤਾ ਸੀ 1 15 30 ਇਦਾਂ ਵੀ ਆਪਾਂ ਲਿਖ ਸਕਦੇ ਹਾਂ ਫਿਰ ਆਪਾਂ 1000 ਦੇ ਨਾਲ ਡਿਵਾਈਡ ਨਹੀਂ ਕਰਨਾ ਜੇਕਰ ਉੱਪਰ ਆਪਾਂ ਵੋਲਟ ਦੇ ਵਿੱਚ ਕੁਝ ਲਿਖਦੇ ਪਏ ਆਂ ਸਪੋਜ਼ ਕਰੋ ਇੱਥੇ 60 ਵੋਲਟ ਲਿਖਦੇ ਪਏ ਆਂ ਠੀਕ ਹੈ ਤੇ ਫਿਰ ਆਪਾਂ ਉਹਨੂੰ 1000 ਦੇ ਨਾਲ ਡਿਵਾਈਡ ਕਰਾਂਗੇ ਉਹ ਕਿਉਂ ਕਰਾਂਗੇ ਕਿ ਆਪਾਂ ਨੂੰ ਕਿਲੋਵੋਲਟ ਦੇ ਵਿੱਚ ਕਨਵਰਟ ਕਰਨਾ ਹੈ ਠੀਕ ਹੈ 60 ਵੋਲਟ ਹੈ ਠੀਕ ਹੈ ਜਾਂ 600 ਵੋਲਟ ਹੈ ਫਿਰ ਵੀ ਇਹਨੂੰ 1000 ਦੇ ਨਾਲ ਮਲਟੀਪਲਾਈ ਕਰਾ ਕਰਾ ਦਾਂਗੇ ਜੇਕਰ ਇੱਥੇ 6000 ਵੋਟ ਹੁੰਦੇ ਤੇ ਆਪਾਂ 6 ਕਿਲੋਵੋਟ ਲਿਖ ਦੇਣਾ ਠੀਕ ਹੈ ਇਹਦਾ ਮਤਲਬ ਕੀ ਹੋਇਆ ਇਹ 0.6 ਕਿਲੋਵੋਟ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਨੰਮੈਰੀਕਲਸ ਜਿਹੜੇ ਇਹਦੇ ਨਾਲ ਰਿਲੇਟਡ ਸੋਲਵ ਕਰ ਸਕਦੇ ਜੀ ਓਕੇ ਓਕੇ